ਗੱਲ ਇਹ ਹੈ ਜੀ ਵੀ ਅੱਜ ਲੋਹੜੀ ਦਾ ਪਵਿੱਤਰ ਦਿਹਾੜਾ ਹੈ ਅਤੇ ਸਾਡਾ ਮੁਲਾਜ਼ਮ ਜਿਸ ਦੀ ਡਿਊਟੀ 24 ਘੰਟੇ ਹੈ ਹਮੇਸ਼ਾ ਕੰਮ ਦੇ ਬੋਝ ਥੱਲੇ ਕੰਮ ਨੂੰ ਸਮਰਪਿਤ ਰਹਿੰਦਾ ਅਤੇ ਅੱਜ ਦਾ ਅਸੀਂ ਪਵਿੱਤਰ ਦਿਹਾੜਾ ਚੁਣਿਆ ਹੈ ਵੀ ਕਿਉਂ ਨਾ ਅਸੀਂ ਵੀ ਇੱਕ ਦਿਨ ਆਪਣੇ ਸਾਰੇ ਇੰਪਲਾਈਜ਼ ਨੂੰ ਇਕੱਠਾ ਬੁਲਾ ਕੇ ਕੁਛ ਇਹੋ ਜਿਹਾ ਉਹਨਾਂ ਇਹ ਤਾਂ ਪਵਿੱਤਰ ਦਿਹਾੜੇ ਸੈਲੀਬ੍ਰੇਟ ਕਰ ਸਕੀਏ ਕੁਛ ਉਹਨਾਂ ਦੇ ਅਸੀਂ ਜ਼ਿੰਦਗੀ 'ਚ ਮਨੋਰੰਜਨ ਵੀ ਸ਼ਾਮਿਲ ਕਰ ਸਕੀਏ ਜਿਸ ਕਰਕੇ ਅੱਜ ਅਸੀਂ ਇਸ ਪਵਿੱਤਰ ਦਿਹਾੜੇ ਨੂੰ ਬੜਾ ਖੁਸ਼ੀ ਚਾਵਾਂ ਨਾਲ ਮਨਾ ਰਹੇ ਹਾਂ ਅਤੇ ਸਾਰੇ ਸਾਥੀਆਂ ਨੂੰ ਅਸੀਂ ਸਾਰੀ ਡਿਵੀਜ਼ਨ ਦੇ ਸਾਰੇ ਸਾਥੀਆਂ ਨੂੰ ਅਸੀਂ ਇਨਵਾਈਟ ਕੀਤਾ ਵੀ ਆਓ ਅਸੀਂ ਸਾਰੇ ਰਲ ਮਿਲ ਕੇ ਇਸ ਪਵਿੱਤਰ ਦਿਹਾੜੇ ਨੂੰ ਮਨਾਈਏ ਅਤੇ ਇੱਕ ਦਿਨ ਆਪਣੀ ਜ਼ਿੰਦਗੀ 'ਚ ਵੀ ਜਿਹੜਾ ਖੁਸ਼ੀ ਦਾ ਦਿਨ ਮਨਾਈਏ। ਅਤੇ ਅਕਸਰ ਇਹ ਕਿਹਾ ਜਾਂਦਾ ਵੀ ਬਿਜਲੀ ਬੋਰਡ ਦੇ ਲੋਕਾਂ ਪ੍ਰਤੀ ਜਾਂ ਮੁਲਾਜ਼ਮ ਪ੍ਰਤੀ ਲੋਕਾਂ ਦੀ ਸ਼ਿਕਾਇਤਾਂ ਰਹਿੰਦੀਆਂ ਵੀ ਸਾਡੇ ਕੰਮ ਨਹੀਂ ਹੁੰਦੇ, ਅੱਜ ਲੋਹੜੀ 'ਤੇ ਇਸ ਤਰ੍ਹਾਂ ਦਾ ਕੋਈ ਅਹਿਦ ਕੀਤਾ ਜਾ ਰਿਹਾ ਵੀ ਸ਼ਿਕਾਇਤਾਂ ਬਾਰੇ? ਦੇਖੋ ਇਹ ਜਿਹੜਾ ਹੈ ਨਾ ਇਲਜ਼ਾਮ, ਇਹ ਸਾਡੇ 'ਤੇ ਇਲਜ਼ਾਮ ਹੀ ਹਮੇਸ਼ਾ ਲੱਗਦਾ, ਪਰ ਸਾਡੇ ਜਿਹੜੇ ਇੰਪਲਾਈਜ਼ ਨੇ ਤੁਸੀਂ ਅਕਸਰ ਹੀ ਦੇਖਦੇ ਹੋ ਲੋਕ ਜਦੋਂ ਘਰਾਂ 'ਚ ਸੁੱਤੇ ਪੈਂਦੇ ਨੇ ਧੋਂਦੇ ਦਿੰਦੇ ਨੇ, ਜਦੋਂ ਘਰੋਂ ਬਾਹਰ ਨਹੀਂ ਨਿਕਲਦਾ ਹੈਗਾ, ਸਾਡੇ ਮੁਲਾਜ਼ਮ ਲਾਈਨਾਂ ਦੇ ਉੱਪਰ ਕੰਮ ਕਰ ਰਹੇ ਹੁੰਦੇ ਨੇ, ਅਸੀਂ ਰਾਤ ਨੂੰ ਸਪਲਾਈ ਬਾਲ ਕਰਦੇ ਹਾਂ, ਮੀਂਹ ਹੋਵੇ ਹਨੇਰੀ ਹੋਵੇ। ਫਲੱਡ ਦੇ ਦਿਨਾਂ ਵਿੱਚ ਸਾਡੇ ਮਿਹਨਤੀ ਸਟਾਫ ਨੇ ਹਮੇਸ਼ਾ ਬਾਰਡਰ ਏਰੀਏ 'ਤੇ ਜਿਹੜੀ ਨਿਰਵਿਘਨ ਸਪਲਾਈ ਜਾਰੀ ਕੀਤੀ ਹੈ। ਦੇਖੋ ਬਾਕੀ ਕੰਪੈਰੀਜ਼ਨ ਨਾਲ ਮੈਂ ਆਪਣੇ ਦਾਅਵੇ ਨਾਲ ਕਹਿ ਸਕਦਾ ਵੀ ਬਾਕੀ ਕਈ ਦਫ਼ਤਰਾਂ ਨਾਲ ਜੇ ਅਸੀਂ ਕੰਪੈਰੀਜ਼ਨ ਕਰੀਏ ਤਾਂ ਸਾਡੇ ਇੰਪਲਾਈਜ਼ ਬਿਲਕੁਲ ਵਧੀਆ ਕੰਮ ਕਰਦੇ ਹੈ। ਇਹ ਠੀਕ ਹੈ ਵੀ ਸਾਡੀ ਪਬਲਿਕ ਡੀਲਿੰਗ ਜ਼ਿਆਦਾ ਹੋਣ ਕਰਕੇ ਜਿਹੜਾ ਸਾਨੂੰ ਇਹਨਾਂ ਇਲਜ਼ਾਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਡਾ ਸ਼ੁਭ ਨਾਮ ਜੀ? ਇੰਜੀਨੀਅਰ ਰਮੇਸ਼ ਗੁੰਬਰ, ਸਹਾਇਕ ਕਾਰਜਕਾਰੀ ਇੰਜੀਨੀਅਰ ਸਵਰਨ ਭੂਮਿੰਦਰ ਫਾਜ਼ਿਲਕਾ। ਅਸੀਂ ਵੈਸੇ ਹਰ ਰੋਜ਼ ਹੀ ਕੋਸ਼ਿਸ਼ ਕਰਦੇ ਹਾਂ ਵੀ ਪੂਰੇ ਸ਼ਹਿਰ ਦੀ ਬਿਜਲੀ ਜਿਹੜੀ ਹੈ ਉਹ ਚੱਲਦੀ ਰਹੇ, ਹਰ ਤਿਉਹਾਰ 'ਤੇ, ਹਰ ਮਤਲਬ ਕਿਸੇ ਵੀ ਓਕੇਜ਼ਨ 'ਤੇ ਸਾਡੇ ਲਾਈਨਮੈਨ ਅਤੇ ਏਐਲਐਮ ਹਮੇਸ਼ਾ ਡਿਊਟੀ 'ਤੇ ਰਹਿੰਦੇ ਨੇ। ਅੱਜ ਲੋਹੜੀ ਜਿਹੜੀ ਹੈ ਅਸੀਂ ਦਿਨ ਵੇਲੇ ਇਸ ਲਈ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਕਿ ਰਾਤ ਨੂੰ ਫਿਰ ਆਪਣੀ ਡਿਊਟੀ 'ਤੇ ਪਹੁੰਚ ਸਕਣ ਅਤੇ ਸਾਰਿਆਂ ਨੂੰ ਨਿਰੰਤਰ ਸਪਲਾਈ ਦੇ ਸਕਣ ਅਤੇ ਕਿਸੇ ਦਾ ਵੀ ਤਿਉਹਾਰ ਜਿਹੜਾ ਹੈ ਉਹ ਹਨੇਰੇ 'ਚ ਨਾ ਨਿਕਲੇ। ਸਾਡੇ PSPCL ਦੇ ਸਮੂਹ ਅਫਸਰਾਂ ਵੱਲੋਂ, ਸਮੂਹ ਸਟਾਫ ਵੱਲੋਂ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ। ਸਾਰਿਆਂ ਨੂੰ ਲੋਹੜੀ ਅਤੇ ਮਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਵਧਾਈਆਂ। ਮੈਂ ਇੰਜੀਨੀਅਰ ਰਾਮ ਕੁਮਾਰ, ਸਹਾਇਕ ਕਾਰਜਕਾਰੀ ਇੰਜੀਨੀਅਰ ਸਾਊਡੀਅਨ ਖੁਸ਼ੀ ਖੜਾ ਤੋਂ ਸਪੈਸ਼ਲ ਆਇਆ, ਇਨਵੀਟੇਸ਼ਨ ਮਿਲਿਆ ਮੈਨੂੰ, ਕਿਉਂਕਿ ਸਾਨੂੰ ਇਹ ਹੈ ਵੀ ਸਾਡੇ ਸਟਾਫ ਦੇ ਨਾਲ ਹਮੇਸ਼ਾ ਹੀ ਅਸੀਂ ਜਿਹੜਾ ਹੈ ਲੀਡ ਕਰਦੇ ਹਾਂ। ਸਾਡਾ ਮੁਲਾਜ਼ਮ ਜਿਹੜਾ ਦਿਨ ਰਾਤ 24 ਘੰਟੇ ਡਿਊਟੀ ਕਰਦਾ, ਵਿੱਚੋਂ ਕੁਛ ਪਲ ਅਸੀਂ ਕੱਢ ਕੇ ਵੀ ਜਿਹੜਾ ਹੈ ਵੀ ਸਾਰੇ ਜਿਹੜੇ ਸਾਡੇ ਟੈਕਨੀਕਲ ਸਟਾਫ ਅਤੇ ਜਿੰਨੇ ਵੀ ਹੈ ਇਹਨਾਂ ਨੂੰ ਬੁਲਾ ਕੇ ਸੈਲੀਬ੍ਰੇਟ ਕਰਾਇਆ ਅਤੇ ਅਸੀਂ ਸਾਰੇ ਏਰੀਆ ਨੂੰ, ਸਾਰੇ ਇਲਾਕਿਆਂ ਨੂੰ, ਅਸੀਂ ਸਾਰੇ ਖੁਸ਼ਹਾਲ ਨੂੰ ਤਹਿ ਤਹਿ ਦਿਲੋਂ ਅਸੀਂ ਜਿਹੜਾ ਹੈ ਵਧਾਈ ਦਿੰਦੇ। ਥੈਂਕ ਯੂ ਸਰ। ਲੋਹੜੀ ਤੇ ਮਨਾਈ ਜਾ ਰਹੀ ਹੈ, ਸਾਡੇ ਸਾਰੇ ਸਟਾਫ ਵੱਲੋਂ STO ਸਾਹਿਬਾਨ ਜਿਹੜੇ ਹੈਗੇ ਆ ਸਵਰਬਨ ਸਾਊਡਿੰਗ 'ਚ ਮਨਾ ਰਹੇ ਅਸੀਂ ਲੋਹੜੀ। ਅਤੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰੇ ਸ਼ਹਿਰ ਵਾਸੀਆਂ, ਇਲਾਕਾ ਵਾਸੀਆਂ ਅਤੇ ਸਾਡੇ ਸਮੂਹ ਕਰਮਚਾਰੀਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਬਹੁਤ ਬਹੁਤ ਵਧਾਈਆਂ ਦੇਣਾ ਚਾਹੁੰਦਾ ਸੀ ਅਤੇ ਉਹਨਾਂ ਲਈ ਇਹ ਲੋਹੜੀ ਖੁਸ਼ੀਆਂ ਭਰੀ ਅੱਗੇ ਲੈ ਕੇ ਆਵੇ, ਜ਼ਿੰਦਗੀ ਖੁਸ਼ਹਾਲ ਹੋਵੇ। ਅਤੇ ਅਸੀਂ ਵੀ ਇਹ ਕਾਮਨਾ ਕਰਦੇ ਹਾਂ ਕਿ ਸਾਡੇ ਸਾਰੇ ਕਰਮਚਾਰੀਆਂ ਜਿਹੜੀ ਹੈਗੀ ਅੱਗੇ ਜਿਹੜੇ ਤਰੱਕੀ ਦੇ ਰਾਹ ਨੂੰ ਚੱਲਣ, ਸ਼ਾਂਤੀ ਬਣੀ ਰਹੇ ਸਾਡੇ ਦਫ਼ਤਰਾਂ 'ਚ, ਉਹਨਾਂ ਦੇ ਪਰਿਵਾਰਾਂ 'ਚ। ਅਕਸਰ ਮੈਂ ਅੱਗੇ STO ਸਾਹਿਬ ਨੂੰ ਵੀ ਪੁੱਛਿਆ, STO ਮੈਡਮ ਨੂੰ ਵੀ ਪੁੱਛਿਆ, ਇਹਨਾਂ ਨੂੰ ਵੀ ਪੁੱਛਿਆ ਵੀ ਲੋਕ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਅਤੇ ਬਿਜਲੀ ਬੋਰਡ ਦੇ ਕਰਮਚਾਰੀਆਂ ਦਾ ਦੇ ਪ੍ਰਤੀ ਉਹਨਾਂ ਦੀ ਇਹ ਹਮੇਸ਼ਾ ਸ਼ਿਕਾਇਤ ਰਹਿੰਦੀ, ਸਾਡਾ ਰੁੱਖ ਹੈ ਬੋਲਿਆ ਜਾਂਦਾ, ਸਾਡਾ ਕੁਨੈਕਸ਼ਨ ਕੱਟਤਾ, ਸਾਡਾ ਮੀਟਰ ਕੱਟਤਾ, ਸਾਡਾ ਲੋਡ ਖਰਾਬ ਹੈ, ਸਾਡੇ ਕੁੰਡੀ ਨਜਾਇਜ਼ ਫੜ ਲਈ, ਇਹ ਕਿਸ ਤਰ੍ਹਾਂ ਦੇ ਆ? ਅਤੇ ਲੋਹੜੀ ਦਾ ਕੀ ਹੈਦਾ ਜੀ? ਨਹੀਂ, ਲੋਹੜੀ ਤਾਂ ਇਸ ਤਰ੍ਹਾਂ ਦਾ ਕੋਈ ਨਹੀਂ ਕੀਤਾ ਜਾਂਦਾ, ਕਰਮਚਾਰੀਆਂ ਵੱਲੋਂ ਆਪਦੀ ਡਿਊਟੀ ਕੀਤੀ ਜਾਂਦੀ ਹੈ। ਕੁਛ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਉਹ ਇਸ ਤਰ੍ਹਾਂ ਦੀ ਗੱਲਾਂ ਬਣਾਉਂਦੇ ਆ, ਪਰ ਸਾਡੇ ਕਰਮਚਾਰੀ ਕਿਸੇ ਨਾਲ ਵਧੀਕੀ ਨਹੀਂ ਕਰਦੇ, ਆਪਦੀ ਡਿਊਟੀ ਕਰਦੇ ਆ। ਤੁਸੀਂ ਦੇਖਿਆ ਹੋਣਾ ਵੀ ਕਿੰਨੀ ਪਿਛਲੇ ਦਿਨਾਂ ਦੇ ਠੰਡ ਰਹੀ ਹੈ, ਜਾਂ ਗਰਮੀ ਦੇ ਸੀਜ਼ਨ ਤੁਸੀਂ ਰਾਤ ਨੂੰ 1-1 ਵਜੇ ਤੱਕ ਮਤਲਬ ਵੀ ਪਸੀਨੋ ਪਸੀਨ ਹੋ ਜਾਣਾ,
ਠੀਕ ਹੈ, ਫਿਰ ਵੀ ਰਾਤ ਨੂੰ 2 ਵਜੇ 3 ਵਜੇ ਲਾਈਟ ਵੀ ਜਾਂਦੀ ਹੈ ਅਤੇ ਉਹ ਵੀ ਆਉਂਦੀ ਹੈ, ਇਹਨਾਂ ਕਰਮਚਾਰੀਆਂ ਦੀ ਬਦੌਲਤੀ ਆਉਂਦੀ ਹੈ, ਇੰਨੀ ਠੰਡ ਦੇ ਵਿੱਚ ਵੀ ਕੰਮ ਕਰਦੇ ਰਹੇ ਆ, ਇਹਨਾਂ ਦੀ ਬਦੌਲਤੀ ਬਿਜਲੀ ਚੱਲ ਰਹੀ ਹੈ, ਤਾਂ ਇਹੋ ਜਿਹੀ ਕੋਈ ਗੱਲ ਨਹੀਂ ਹੈ। ਤੁਹਾਡਾ ਸ਼ੁਭ ਨਾਮ ਸਰ? ਮੇਰਾ ਨਾਂ ਰਜਿੰਦਰ ਕੁਮਾਰ ਹੈ ਜੀ, ਸੀਨੀਅਰ ਐਕਸ਼ਨ ਫਾਜ਼ਿਲਕਾ। ਦੇਖੋ ਜੀ, ਇਹ ਤਿਉਹਾਰ ਜਿਹੜਾ ਸਾਲ ਬਾਅਦ ਆਉਂਦਾ ਅਤੇ ਅਸੀਂ ਹਰ ਸਾਲ ਹੀ ਮਨਾਉਂਦੇ ਹਾਂ, ਪਿਛਲੇ ਸਾਲ ਵੀ ਮਨਾਇਆ ਸੀ, ਪਰ ਇਸ ਵਾਰ ਜਿਹੜਾ ਹੈ ਇਹਦੇ 'ਚ ਜ਼ਿਆਦਾ ਹੀ ਉਤਸ਼ਾਹ ਹੈ, ਬਹੁਤ ਜ਼ਿਆਦਾ ਉਤਸ਼ਾਹ ਹੈ। ਔਰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਟਾਫ ਨੂੰ, ਸਾਰੇ ਫਾਜ਼ਿਲਕਾ ਵਾਸੀਆਂ ਨੂੰ ਲੋਹੜੀ ਦੀਆਂ ਲੱਖ ਲੱਖ ਵਧਾਈਆਂ ਦੇਣਾ ਚਾਹਾਂਗਾ। ਔਰ ਸਾਡੇ SDO ਸਾਹਿਬਾਨ, ਸਾਡੇ ਐਕਸ਼ਨ ਸਾਹਿਬਾਨ ਇਸ ਪ੍ਰੋਗਰਾਮ ਦੇ ਵਿੱਚ ਖੁਦ ਜਿਹੜਾ ਹੈ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹੈ, ਅਤੇ ਸਾਨੂੰ ਐਕਸਾਈਟਮੈਂਟ ਹੋਣੀ ਜਿਹੜੀ ਲਾਜ਼ਮੀ ਹੈ, ਇਸੇ ਕਰਕੇ ਮੈਂ ਮਾਈਕ ਫੜ ਕੇ ਵਾਰ ਵਾਰ ਸਾਰੇ ਟੀਮ ਦੇ ਨਾਲ ਨੱਚ ਰਿਹਾ ਔਰ ਬਹੁਤ ਹੀ ਜ਼ਿਆਦਾ ਐਕਸਾਈਟਡ ਫੀਲ ਕਰ ਰਿਹਾ। ਅਤੇ ਮੇਰੇ ਵੱਲੋਂ ਤੁਹਾਨੂੰ ਵੀ ਔਰ ਸਾਰੀ ਤੁਹਾਡੀ ਟੀਮ ਨੂੰ ਵੀ ਬਹੁਤ ਬਹੁਤ ਲੋਹੜੀ ਦੀਆਂ ਵਧਾਈਆਂ। ਬਹੁਤ ਵਧੀਆ ਲੱਗ ਰਿਹਾ ਹੈ, ਸਾਰਾ ਸਟਾਫ ਮੈਨੂੰ ਮਤਲਬ ਸਾਥ ਦੇ ਰਿਹਾ ਮੇਰਾ, ਮੈਂਬਰ ਕਾਫੀ ਵਧੀਆ, ਜੇ ਕੁਝ ਨਹੀਂ ਸਮਝ ਆਉਂਦਾ ਤਾਂ ਬਾਕੀ ਸਭ ਕੁਝ ਦੱਸ ਦਿੰਦੇ ਆ, ਬਾਕੀ ਵਧੀਆ। ਥੈਂਕ ਯੂ ਸਰ।